ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਸੁਲਤਾਨਪੁਰ ਲੋਧੀ ਵਿਖੇ ਮੀਂਹ ਅਤੇ ਹਨੇਰੀ ਕਰਕੇ ਸਵਾਗਤੀ ਗੇਟ ਗਿਰੇ, ਜਿਨ੍ਹਾਂ ਨੇ ਕੀਤੇ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ। ਟੈਂਟ ਸਿਟੀ ਕਾ ਕਿਤਨਾ ਬੜਾ ਟੈਂਟ ਥਾ ਵੋ? ਮੁਲਾਜ਼ਮ ਆਏ ਸੀ, ਕੇ ਐੱਸ ਆਈ ਸੀ, ਇੱਕ ਸਬ ਇੰਸਪੈਕਟਰ ਸੀਗੇ, ਇੱਕ ਤਾਂ ਬਲਵਿੰਦਰ ਸਿੰਘ ਜੀ ਸੀਗੇ। ਬਲਵਿੰਦਰ ਸਿੰਘ ਦੇ ਜਿਹੜੇ ਸੀਗੇ ਆ, ਇੱਕ ਤਾਂ ਸੱਟਾਂ ਸਿਰ 'ਤੇ ਲੱਗੀਆਂ ਸੀਗੀਆਂ ਅਤੇ ਉਹ ਸਟਿਚ ਕਰ ਦਿੱਤੇ ਆ। ਸੂਚਰ ਕਰਨ ਤੋਂ ਬਾਅਦ ਉਹ ਪੇਸ਼ੈਂਟ ਥੋੜ੍ਹਾ ਡਰਾਊਜ਼ੀ ਸੀ, ਸਿਟੀ ਸਕੈਨ ਵਾਸਤੇ ਸੀ, ਅੱਗੇ ਜਲੰਧਰ ਭੇਜ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੋਂ ਸਭ ਆਖੂਬੀ ਜਾਣਦੇ ਹੋ ਕਿ ਸੁਲਤਾਨਪੁਰ ਲੋਧੀ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤ ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਪਹੁੰਚ ਰਹੀ ਹੈ। ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਚੱਲਦਿਆਂ ਨਤਮਸਤਕ ਹੋਣ ਲਈ, ਪਰ ਹਾਲ ਹੀ ਦੇ ਵਿੱਚ ਸੁਲਤਾਨਪੁਰ ਲੋਧੀ ਵਿਖੇ ਬਾਰਿਸ਼ ਅਤੇ ਹਨੇਰੀ ਕਰਕੇ ਦੋ ਸਵਾਗਤੀ ਗੇਟ ਗਿਰ ਗਏ। ਇੱਕ ਗੇਟ ਹਰਸਿਮਰਤ ਕੌਰ ਬਾਦਲ ਦਾ ਸੀ, ਜੋ ਕਿ ਸਵਾਗਤ ਵਾਸਤੇ ਰੇਲਵੇ ਦੇ ਕੋਲ ਲਗਾਇਆ ਗਿਆ ਸੀ, ਜਿਸ ਦੇ ਵਿੱਚ ਇੱਕ ਔਰਤ ਸਹਿਤ ਦੋ ਮਹਿਲਾ ਪੁਲਿਸ ਕਰਮਚਾਰੀਆਂ ਦੇ ਆਉਣ ਦੀ ਸੂਚਨਾ ਮਿਲੀ ਹੈ। ਅਤੇ ਦੂਸਰੇ ਗੇਟ ਦੀ ਗੱਲ ਕਰੀਏ ਤਾਂ ਦੂਸਰੇ ਗੇਟ ਦੇ ਥੱਲੇ ਵੀ ਦੋ ਪੁਲਿਸ ਮੁਲਾਜ਼ਮ ਆ ਕੇ ਜ਼ਖਮੀ ਹੋਏ ਨੇ। ਉੱਥੇ ਹੀ ਅਗਰ ਟੈਂਟ ਸਿਟੀਜ਼ ਦੀ ਗੱਲ ਕੀਤੀ ਜਾਵੇ ਤਾਂ ਟੈਂਟ ਸਿਟੀਜ਼ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਪੁਲਿਸ ਦਾ ASI ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਹੈ, ਜਿਸ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ, ਜੋ ICU ਵਿੱਚ ਭਰਤੀ ਹੈ। ਇਸੇ ਦੇ ਨਾਲ ਸਿਹਤ ਵਿਭਾਗ ਦੇ ਇੱਕ ਡਰਾਈਵਰ ਦੀ ਵੀ ਲੱਤ ਟੁੱਟਣ ਦੀ ਖਬਰ ਮਿਲੀ ਹੈ, ਜਿਸ ਨੂੰ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਲਾਈਟ ਦਾ ਕੋਈ ਵੀ ਪ੍ਰਬੰਧ ਨਹੀਂ ਟੈਂਟ ਸਿਟੀ 3 ਦੇ ਵਿੱਚ। ਆਪਕੋ ਕੈਸੇ ਕੇ ਟੈਂਟ ਗਿਰਾ ਤੋ ਕਹਾਂ ਪੇ ਰੈਫਰ ਕਰ ਦਿਆ? ਅੱਛਾ, ਪਾਣੀ ਗਿਰਨੇ ਕੇ ਬਾਅਦ ਹਵਾ ਚਲੀ ਹੈ, ਹਵਾ ਚਲਨੇ ਕੇ ਬਾਅਦ ਉਹ ਟੈਂਟ ਪੂਰਾ ਸਾਰੇ ਗਿਰ ਗਿਆ। ਟੈਂਟ ਸਿਟੀ ਕਾ ਕਿਤਨਾ ਬੜਾ ਟੈਂਟ ਥਾ ਵੋ? ਸਰ ਟੈਂਟ ਤੋਂ ਕਰੀਬ ਕਰੀਬ ਕੋਈ 15-20 ਫੁੱਟ ਉਸਦੀ ਬੱਲੀ ਦੀ ਉੱਪਰ। ਓਕੇ ਓਕੇ, ਉਹ ਸਰ ਪੂਰੀ ਬੱਲੀ ਗਿਰੀ ਹੈ, ਯਹਾਂ ਸੇ ਪੂਰੀ ਇਹ ਜੋ ਬਹਿਰ ਥਾ ਨਾ, ਯਹਾਂ ਪੇ ਆ ਕੇ ਪੂਰੀ ਲੱਗ ਗਈ ਹੈ। ਕਿਤਨਾ ਗੁੰਮਾ ਪੜਾ ਹੁਆ ਯਹਾਂ ਕਾ, ਹਸਪੀਟਲ ਮੇਂ ਡੇਢ ਘੰਟਾ ਰਖਾ ਗਿਆ, ਡੇਢ ਘੰਟੇ ਮੇਂ ਯਹਾਂ ਸੇ ਰਿਫਰ ਕਰ ਦਿਆ। ਰੈਫਰ ਕਰ ਦਿਆ? ਕਹਾਂ ਪੇ ਰੈਫਰ ਕੀਆ? ਸਰਕਾਰੀ ਹਸਪਤਾਲ ਮੇਂ, ਅਭੀ ਹਮੇਂ ਜਾਣਕਾਰੀ ਵੀ ਨਹੀਂ ਹੈ ਕਿ ਕੌਨ ਸੇ ਹਸਪੀਟਲ ਮੇਂ ਭਰਤੀ। ਤੇ ਜਹਾਂ ਸੇ ਆਪਕੋ ਲਿਜਾਣੇ ਕਾ ਪ੍ਰਬੰਧ ਕਿਆ ਹੈ? ਸਰ ਵਹਾਂ ਜਾਏਂਗੇ, ਦੇਖੇਂਗੇ। ਤਾਂ ਨਹੀਂ, ਜਹਾਂ ਸੇ ਆਪਕੋ ਫ੍ਰੀ ਵਾਲਾ ਰਿਕਸ਼ਾ ਟੈਂਟ ਸਿਟੀ ਸੇ ਨਹੀਂ ਮਿਲਿਆ? ਨਹੀਂ ਸਰ, ਵੋ ਕਹਿ ਰਹੇ ਹੈ ਹਮਾਰੇ ਡਿਸਚਾਰਜ ਦੇ ਰਿਕਸ਼ਾ, ਕੋਈ ਨਹੀਂ ਰਿਕਸ਼ਾ ਕੇ ਲੀਏ ਕੋਈ ਜਗਾੜ ਨਹੀਂ। ਕੋਈ ਜਗਾੜ ਨਹੀਂ, ਉਸਕੇ ਲੱਤ ਪਰ ਚੋਟ ਆ ਚੁੱਕੀ ਹੈ। ਕਿਤਨਾ ਬੜਾ ਟੈਂਟ ਗਿਰਾ ਹੈ? ਟੈਂਟ ਸਰ ਵੋ 15-20 ਫੁੱਟ ਉੱਚਾ ਹੈ। ਤੇ ਚੜਾਈ ਕਿਤਨੀ ਹੋਗੀ? ਚੜਾਈ 4 ਵੋਈ 20-20 ਫੁੱਟ, 15-15 ਫੁੱਟ ਕੇ ਵੋਈ ਰਿਕਸ਼ੇ ਹੈ, ਵੋ ਖੰਮੇ ਹੈ, ਬੱਲੀ ਰਿਕਸ਼ੇ ਲਗਾਏ ਹੋਏ ਹੈ। ਉਹ ਬੰਦ ਕਰ ਦੇਣ। ਇਹ ਟੈਂਟ ਸਿਟੀ ਨੰਬਰ ਕਿਤਨਾ ਹੈ? ਠੀਕ ਹੈ, ਠੀਕ ਹੈ। ਆਪਕੇ ਜੋ ਦੋਸਤ ਹੈ ਉਸਕਾ ਕਿਆ ਲਗਤਾ ਹੈ, ਜਿਸਕੇ ਚੋਟ ਆਈ ਟੈਂਟ ਸਿਟੀ ਮੇਂ? ਮੌਸੀਆ ਹੈ। ਤੇ ਯਹਾਂ ਸੇ ਪ੍ਰਬੰਧ ਕੀਆ ਉਸਕੋ ਲਿਜਾਣੇ ਕਾ, ਕਹਾਂ ਪੇ ਐਂਬੂਲੈਂਸ ਮੇਂ ਲੈ ਕੇ ਗਏ ਹਾਂ? ਐਂਬੂਲੈਂਸ ਮੇਂ ਲੈ ਕੇ ਗਏ। ਕਿਤਨੀ ਚੋਟ ਆਈ ਉਸਕੇ ਮੇਂ? ਸਰ ਯਹਾਂ ਸੇ ਇਹ ਤੋ ਪੂਰਾ ਗੁੰਨਾ ਸੂਜਨ ਆ ਗਿਆ, ਪੂਰਾ ਸੂਜ ਆਇਆ ਹੈ ਚਲਨੇ ਮੇਂ। ਪਾਣੀ ਕਿਤਨਾ ਕਿਤਨਾ ਹੋ ਗਿਆ ਟੈਂਟ ਸਿਟੀ ਮੇਂ? ਪਾਣੀ ਤਾਂ ਸਰ ਬਹੁਤ ਹੀ ਜ਼ਿਆਦਾ ਹੋਇਆ, ਕੋਈ ਸੀਮਿਤ ਨਹੀਂ ਪਾਣੀ ਦਾ। ਬਹੁਤ ਜ਼ਿਆਦਾ ਪਾਣੀ ਹੋ ਗਿਆ ਸਰ, 4:30-5 ਵਜੇ ਸੇ ਗਿਰ ਰਿਹਾ ਹੈ, ਅਭੀ ਤੱਕ ਬੰਦ ਨਹੀਂ ਹੋਇਆ, ਮਾਨੋ ਚਿਪਕੀ ਤੋਂ ਪੜਤੀ ਹੀ ਰਹਿ ਗਈ। ਪੂਰੀ ਟੈਂਟ ਸਿਟੀ ਭਰ ਚੁੱਕੀ ਹੈ ਅਬ? ਇਹ ਸਰ ਦੇਖੀਏ, ਜਬ ਰੋਡ ਮੇਂ ਇਤਨਾ ਪਾਣੀ ਬਹਿ ਰਿਹਾ ਤਾਂ ਵਹਾਂ ਦੀ ਕੀ ਸਥਿਤੀ ਕਿਆ ਹੋਗੀ। ਠੀਕ ਹੈ। ਤਾਂ ਔਰ ਲਾਈਟ ਹੈ ਟੈਂਟ ਸਿਟੀ ਮੇਂ? ਸਰ ਲਾਈਟ ਅਬ ਲਾਈਟ ਜਗਲੇਟਰ ਚਾਲੂ ਹੋ ਗਏ ਹਨ, ਤਾਂ ਅਭੀ ਤੋ ਫਿਲਹਾਲ ਮੇਂ ਲਾਈਟ ਹੈ, ਲੇਕਿਨ ਜਬ ਗਿਰਾ ਥਾ ਟੈਂਟ ਤਬ ਲਾਈਟ ਨਹੀਂ ਥੀ। ਨਹੀਂ ਅਭੀ ਵੀ ਲਾਈਟ, ਅਭੀ ਲਾਈਟ ਤੋ ਨਹੀਂ ਹੈ ਸਾਹਿਬ, ਲੇਕਿਨ
देखो जनरेटर चालू हो जाएंगे तो हो जाएगी लाइट की व्यवस्था। व्यवस्था कितनी देर से लाइट का गई? वही 10-15-20 मिनट से लाइट आई नहीं। जब चोट लगी थी कितनी देर पहले चोट लगी थी? वही करीब 4:30 हुआ, 6:30 बजे के यहाँ पे अंजाद में। दो पुलिस थे मुलाजम आए सी, एक एएसआई सी, एक सब इंस्पैक्टर से, एक तो बलविंदर सिंह जी से। ਬਲਵਿੰਦਰ ਸਿੰਘ ਦੇ ਜਿਹੜੇ ਸੀਗੀਆਂ, ਇੱਕ ਤਾਂ ਸੱਟਾਂ ਸਿਰ 'ਤੇ ਲੱਗੀਆਂ ਸੀਗੀਆਂ ਅਤੇ ਉਹ ਸਟਿਚ ਕਰ ਦਿੱਤੇ ਹੈ। ਸੂਚਰ ਕਰਨ ਤੋਂ ਬਾਅਦ ਉਹ ਪੇਸ਼ੈਂਟ ਥੋੜ੍ਹਾ ਡਰਾਊਜ਼ੀ ਸੀ, ਸਿਟੀ ਸਕੈਨ ਵਾਸਤੇ ਅਸੀਂ ਅੱਗੇ ਜਲੰਧਰ ਭੇਜ ਦਿੱਤਾ। ਅਤੇ ਇੱਕ ਜਿਹੜੇ ਪੇਸ਼ੈਂਟ ਆਏ ਸੀ ਰਾਈਟ ਸਾਈਡ 'ਤੇ, ਜਿਹੜਾ ਉਹਨਾਂ ਦਾ ਐਂਕਲ ਸੀਗਾ ਉਹ ਥੋੜ੍ਹਾ ਫ੍ਰੈਕਚਰ ਸੀਗਾ, ਔਰਥੋਪੀਨੀਅਨ ਵਾਸਤੇ ਉਹਨਾਂ ਨੂੰ ਵੀ ਅੱਗੇ ਅਸੀਂ ਰੈਫਰ ਕੀਤਾ ਹੈਗਾ। ਅਤੇ ਇੱਕ ਪੇਸ਼ੈਂਟ ਜਿਹੜੇ ਆਏ ਹੈ ਲੇਡੀ ਪੇਸ਼ੈਂਟ ਆਏ ਹੈਗੇ ਰੇਲਵੇ ਸਟੇਸ਼ਨ ਤੋਂ ਆਏ ਹੈਗੇ। ਹਾਂਜੀ ਹਾਂਜੀ, ਉਹਨਾਂ ਦੇ ਕੋਈ ਜ਼ਿਆਦਾ ਨਹੀਂ ਸੱਟਾਂ ਲੱਗੀਆਂ, ਐਕਸਰੇ ਹੋ ਗਏ ਹੈ, ਕੋਈ ਕਿਤੇ ਫ੍ਰੈਕਚਰ ਨਹੀਂ ਹੈ, ਸਲਿੰਗ ਲਗਾਈ ਹੈ ਉਹਨਾਂ ਨੂੰ, ਅਸੀਂ ICU 'ਚ ਹੀ ਰੱਖਿਆ ਹੋਇਆ ਅਤੇ ਸਟੇਬਲ ਹੋਣ ਤੋਂ ਬਾਅਦ ਡਿਸਚਾਰਜ ਕਰ ਦਾਂਗੇ। ਉਹਦੇ ਵਿੱਚ ਕੋਈ ਫ੍ਰੈਕਚਰ ਨਹੀਂ ਹਜੇ ਪਾਇਆ ਗਿਆ ਹੈਗਾ, ਉਹ ਪੇਸ਼ੈਂਟ ਨੋਰਮਲ ਹੀ ਹੈ, ਨੋਰਮਲ ਸਟੱਡੀ ਵਿੱਚ। ਮੈਂ ਡਾਕਟਰ ਬਾਜਵਾ ਹੈਗਾ, ਮੇਰੀ ਡਿਊਟੀ ਲੱਗੀ ਹੈ, ਮੈਡੀਕਲ ਆਫਿਸਰ ਹੈ, ਮੈਂ ਡਿਸਟ੍ਰਿਕਟ ਫਤਿਹਗੜ੍ਹ ਤੋਂ। ਹਾਂਜੀ, ਸੁਲਤਾਨਪੁਰ ਲੋਧੀ ਇੱਥੇ 20 ਹੈਗੀ। ਹਾਂਜੀ 20 ਤਰੀਕ ਤੱਕ ਮੈਂ ਕਿਹਾ ਡਿਊਟੀ ਹੈਗੀ ਹੈ, ਨਾਈਟ ਡਿਊਟੀ ਹੁੰਦੀ ਹੈ ਮੇਰੀ, ਅਤੇ ਐਮਰਜੈਂਸੀ ਅੱਜ ਹਨੇਰੀ ਕਰਕੇ ਥੋੜ੍ਹੀਆਂ ਜ਼ਿਆਦਾ ਆਈਆਂ ਹੈਗੀਆਂ, ਪਰ ਅੱਗੇ ਵੀ ਆਉਣਗੀਆਂ, ਦੇਖਾਂਗੇ। ਹੁਣ ਸੋਚਣ ਵਾਲੀ ਗੱਲ ਹੈ ਕਿ ਸੁਲਤਾਨਪੁਰ ਲੋਧੀ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਵਿਕਾਸ ਕਾਰਜ ਕਰਵਾਏ ਗਏ ਸੀ, ਇੱਕ ਹਲਕੇ ਜਿਹੇ ਮੀਂਹ ਅਤੇ ਹਨੇਰੀ ਆਉਣ ਦੇ ਨਾਲ ਸਵਾਗਤੀ ਗੇਟ ਤਹਿਸ ਨਹਿਸ ਹੋ ਗਏ, ਟੈਂਟ ਸਿਟੀ ਦੇ ਵਿੱਚ ਵੀ ਹਾਦਸੇ ਵਾਪਰੇ। ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਵੱਡੀ ਤਾਦਾਦ ਵਿੱਚ, ਲੱਖਾਂ ਦੀ ਤਾਦਾਦ ਵਿੱਚ ਜਿੱਥੇ ਸਿੱਖ ਸੰਗਤ ਨਤਮਸਤਕ ਹੋਣ ਵਾਸਤੇ ਪਹੁੰਚ ਰਹੀ ਹੈ, ਜੇਕਰ ਹਲਕੇ ਜਿਹੇ ਮੀਂਹ ਅਤੇ ਬਰਸਾਤ ਦੇ ਨਾਲ ਹਨੇਰੀ ਦੇ ਨਾਲ ਅਜਿਹੇ ਹਾਦਸੇ ਵਾਪਰ ਰਹੇ ਨੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਥੋੜ੍ਹਾ ਤੇਜ਼ ਮੀਂਹ ਹਨੇਰੀ ਅਤੇ ਝੱਖੜ ਝੂਲਦਾ ਹੈ ਤਾਂ ਟੈਂਟ ਸਿਟੀ ਦੇ ਹਾਲਾਤ ਕੀ ਹੋਣਗੇ, ਸੁਲਤਾਨਪੁਰ ਲੋਧੀ ਦੇ ਹਾਲਾਤ ਕੀ ਹੋਣਗੇ, ਇਹ ਦਰਸਾਉਂਦਾ ਹੈ SGPC ਅਤੇ ਪੰਜਾਬ ਸਰਕਾਰ ਦੀਆਂ ਘਟੀਆ ਕਾਰਗੁਜ਼ਾਰੀਆਂ ਦੇ ਖੋਖਲੇ ਦਾਅਵਿਆਂ ਦਾ ਅਸਲ ਸੱਚ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਈ, ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।